ਸਤਿ ਸ਼੍ਰੀ ਅਕਾਲ ਦਮਸਤੇ ਦਾ ਇੱਕ ਵਾਰ ਫੇਰ ਲੈ ਕੇ ਹਾਂ ਜੀ ਤੁਹਾਡਾ ਆਪਣਾ ਹਰਮਨ ਪਿਆਰਾ ਸ਼ੋਅ ਪਬਲਿਕ ਮਸਤੀ। ਕਹਿੰਦੇ ਨੇ ਹੱਸਦਿਆਂ ਦੇ ਘਰ ਵਸਦੇ, ਰੋਂਦਿਆਂ ਦੇ ਖਾਨੇ ਖਰਾਬ, ਤੇ ਥੋੜਾ ਥੋੜਾ ਹੱਸਣਾ ਚਾਹੀਦਾ ਜਨਾਬ। ਤੇ ਆਓ ਫੇਰ ਹਸੀਏ ਸਾਈਏ ਜੀ, ਬਿਲਕੁਲ ਥੋੜਾ ਆਪਣਾ ਸ਼ੋਅ ਪਬਲਿਕ ਮਸਤੀ ਦੇ ਵਿੱਚ। ਲੋ ਜੀ ਦੋਸਤੋ, ਲੈ ਕੇ ਆ ਗਈਆਂ ਥੋੜਾ ਆਪਣਾ ਸ਼ੋਅ ਪਬਲਿਕ ਮਸਤੀ। ਓਏ ਹੋਏ ਹੋਏ, ਪਬਲਿਕ ਮਸਤੀ, ਪਬਲਿਕ ਮਸਤੀ। ਸੋ ਮੇਰੇ ਨਾਲ ਜੁੜ ਚੁੱਕੇ ਨੇ ਜੀ ਛੋਟੇ ਛੋਟੇ ਘੈਂਟ ਘੈਂਟ ਮੁੰਡੇ ਔਰ ਕੁੜੀਆਂ, ਤੇ ਗੱਲਬਾਤ ਕਰਾਂਗੇ ਜੀ ਸਾਡੇ ਅੱਜ ਦੇ ਸਟੂਡੈਂਟਸ ਦੇ ਨਾਲ। ਤੇ ਜੇ ਗੱਲਾਂ ਕਰੀਏ ਜੀ, ਅੱਜ ਦੇ ਸਟੂਡੈਂਟਸ ਹਰ ਚੀਜ਼ ਦੇ ਵਿੱਚ ਨੰਬਰ 1 ਨੇ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਖੁਸ਼ੀ। ਕਿਹੜੀ ਕਲਾਸ ਪੜ੍ਹਦੇ ਸੀ? ਅਸੀਂ 7th। ਕਿਹੜਾ ਸਕੂਲ ਹੈ? ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ। ਵਾਓ, ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਬੱਚੇ ਮੇਰੇ ਨਾਲ ਜੁੜ ਚੁੱਕੇ ਨੇ, ਤੇ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਪਬਲਿਕ ਮਸਤੀ ਵੀ। ਤੇ ਕੀ ਸੁਣਾਉਣਾ ਚਾਹੁੰਦੇ ਨੇ? ਅਸੀਂ ਅੱਜ ਇੱਕ ਰੈਪ ਸੁਣਾਉਣ ਜਾ ਰਹੇ ਹਾਂ। Nah, you don't wanna be on my bad side, that's right, I'm sliding through. But you wanna be the wanna be me three. If I was you, bring on the whirlpool, don't go VVS me, master now. Need a sin, that's a sin, the next will buy a request now. A rock star, a pop star, but rowdy, say bye to the paparazzi. Give me a good style, smile for you. No inferior, scary, I like, but now black pink in your area. The area been shut down, it's shut down. Thank you. Wow, very nice. Very clapping on, Karega. ਪਬਲਿਕ ਮਸਤੀ ਦੇ ਵਿੱਚ ਸਾਡੇ ਨਾਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਬੱਚੇ ਜੁੜ ਚੁੱਕੇ ਨੇ। ਔਰ ਅੱਜ ਦੇ ਸਮੇਂ ਵਿੱਚ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ, ਹਰ ਚੀਜ਼ ਵਿੱਚ ਨੰਬਰ 1 ਨੇ। ਸੋ ਰੈਪ ਸੁਣਾਇਆ ਜੀ ਸਾਡੀ ਗਰਲਸ ਨੇ, ਤੇ ਬੋਇਜ਼ ਕੀ ਸੁਣਾਏਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਆਕਾਸ਼ਦੀਪ ਸਿੰਘ। ਕਿਹੜਾ ਸਕੂਲ ਹੈ? ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ। ਕੀ ਸੁਣਾਓਗੇ? ਗਾਣਾ ਸੁਣਾਓ। ਉਹ ਖੜੀ ਅੱਖ ਦੇਖ ਜੱਟ ਦੀ ਆ ਲਾਲ ਸੂਹਾ ਰੰਗ, ਨਾ ਤੂੰ ਚੋਰੀ ਚੋਰੀ ਤੱਕ ਸਾਨੂੰ ਪਤਾ ਤੇਰੇ ਰੰਗ, ਹੁਣ ਛੱਡ ਦੇ ਤੂੰ ਸੰਗ, ਮੰਗਣਾ ਕੀ ਮੰਗ ਦੱਸ ਚਾਹੀਦੀ ਆ, ਗੁੱਚੀ ਆ ਲਾਹੌਰ ਤੋਂ ਆ ਜੁੱਤੀ ਜਾ ਕੇ ਨਾਮ ਸਾਡਾ ਪੁੱਛੀ ਬਿੱਲੋ, ਖੰਘਦੀ ਨਾ ਜੁੱਤੀ ਐ ਨਾ ਅੱਤ ਕੇ ਨਾ ਚੱਕੀ ਮੰਜੀ, ਠੋਕਦੇ ਆ ਜੁੱਤੀ ਜੁੱਤੀ ਕਰਦੇ ਆ ਪੈਰ, ਜਿੱਥੇ ਪੜਦੇ ਆ ਫੈਰ ਫਿਰ ਮੱਚਦਾ ਏ ਕੈਰ, ਵੈਰੀ ਵੈਰ ਭੁੱਲਦੇ ਨੀ, ਗੱਡੀ ਨੀ ਵੀ ਜੀ ਕਰਾ ਕੇ ਭਾਈ ਇੰਚੀ ਦੇ ਪਵਾ ਕੇ, ਟਾਇਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ, ਉਹ ਗੱਡੀ ਨੀ ਵੀ ਜੀ ਕਰਾ ਕੇ ਭਾਈ ਇੰਚੀ ਦੇ ਪਵਾ ਕੇ, ਟਾਇਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ। ਕਿਆ ਬਾਤ ਹੈ ਜੀ, ਕਲੈਪਿੰਗ ਜ਼ੋਰਦਾਰ ਇਹਨਾਂ ਬੱਚਿਆਂ ਦੇ ਲਈ। ਤੇ ਹੁਣ ਅਸੀਂ ਇਹਨਾਂ ਬੱਚਿਆਂ ਦੇ ਨਾਲ ਕਰਨੀ ਹੈ ਗੱਲਬਾਤ, ਤੇ ਪੁੱਛਾਂਗੇ ਇਹਨਾਂ ਦੇ ਕੋਲੋਂ ਇੱਕ ਟੰਗ ਟਵਿਸਟਰ। ਹਾਂ ਬਿਲਕੁਲ ਬਿਲਕੁਲ। ਹਾਂਜੀ ਤੁਸੀਂ ਸੁਣਾਉਣਾ। ਪਾਣੀ ਵਿੱਚ ਲੀਰ ਰੁੜੇ, ਰੁੜ ਲੀਰੇ ਰੁੜ, ਪੰਜ ਵਾਰ ਬੋਲਣਾ। ਪਾਣੀ ਵਿੱਚ ਲੀਰ ਰੁੜੇ, ਰੁੜ ਲੀੜੇ ਰੁੜ, ਪਾਣੀ ਵਿੱਚ ਲੀੜੇ ਲੁੜੇ। ਪੈਟਰੋਲ ਨੂੰ ਹਿੰਦੀ ਵਿੱਚ ਕੀ ਕਹਿੰਦੇ ਆ? ਤੇਲ। ਪੈਟਰੋਲ ਕਹਿੰਦੇ ਆ। ਕੀ ਕਹਿੰਦੇ ਆ? ਪੈਟਰੋਲ। ਅੱਛਾ ਕੀ ਕਹਿੰਦੇ ਆ? ਪੈਟਰੋਲ। ਓਹੋ ਕੀ ਕਹਿੰਦੇ ਆ? ਪੈਟਰੋਲ। ਵੈਰੀ ਨਾਈਸ। ਕੀ ਕਹਿੰਦੇ ਆ? ਡੀਜ਼ਲ। ਪੈਟਰੋਲ। ਪਾਣੀ ਨੂੰ ਹਿੰਦੀ ਵਿੱਚ ਕੀ ਕਹਿੰਦੇ ਆ? ਜਲ। ਜਲ। ਪਾਣੀ ਨੂੰ ਹਿੰਦੀ ਟਮਾਟਰ ਵੀ ਕਹਿੰਦੇ ਨੇ, ਜਲ ਵੀ ਕਹਿੰਦੇ ਨੇ, ਵਾਟਰ ਵੀ ਕਹਿੰਦੇ ਨੇ, ਪਤਾ ਨੀ ਕੀ ਕੀ ਕਹਿੰਦੇ ਨੇ ਇਹਨਾਂ ਦੇ ਕਹਿਣਾ ਹੈ। ਹਾਂਜੀ ਤੁਸੀਂ ਕਹਿਣਾ ਹੈ ਕੱਚਾ ਪਾਪੜ ਪੱਕਾ ਪਾਪੜ, 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 ਕੱਚਾ ਪਾਪੜ ਪੱਕਾ ਪਾਪੜ। ਬਈ ਲਾਸਟ ਤੇ ਥੋੜਾ ਜਿਹਾ ਗਲਤ ਹੋ ਗਿਆ, ਲੇਕਿਨ ਆਲਮੋਸਟ ਸਹੀ ਹੈ। ਤਾੜੀ ਲਾਓ ਵੀ ਜ਼ੋਰਦਾਰ। ਸੋ ਹਾਂਜੀ ਅੱਜ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ, ਤੇ ਉਹਨਾਂ ਦੇ ਕੋਲੋਂ ਵੀ ਸੁਣਾਂਗੇ ਰੈਪ। ਸੁਣਾਣਾ ਹੈ? ਵੈਰੀ ਨਾਈਸ, ਸੁਣਾਓ। ਸੁਣਾ ਰਹੀ ਸਾਰਿਆਂ ਨੂੰ ਗੁੱਡ ਆਫਟਰਨੂਨ, ਸਾਰੇ ਬੱਚਿਆਂ ਨੂੰ ਤੇ ਟੀਚਰ ਸਾਹਿਬਾਨ ਨੂੰ। ਸੋ ਅੱਜ ਮੈਂ ਰੈਪ ਸੁਣਾਉਣ ਜਾ ਰਿਹਾ, ਸਟਾਰਟ ਕਰ। ਪਹਿਲੇ ਬਾਲ ਖੜੇ ਨਹੀਂ ਥੇ ਮੇਰੇ, ਮੈਂ ਸਾਈਡ ਕੇ ਮਾਂਗ ਰਹਿਤਾ ਥਾ, ਛਾਤੀ ਭਰਤੀ ਪਹਿਨਤੇ ਤੇਲ ਖਾਣੋ ਸੇ ਵਤਰਾ ਨਾ, ਸਪੋਰਟਸ ਮੈਂ ਆ ਗਏ ਥਾ, ਮੇਰਾ ਦਿਨ ਦਾ ਥਾ, ਪਤਾ ਨਹੀਂ ਯਾਰ ਮੈਂ ਕੈਸਾ ਥਾ, ਮੈਂ ਬੜਾ ਬੋਰ ਸਾ ਬੰਦਾ ਥਾ, ਮੇਰੇ ਦੋਸਤ ਪੇ ਬਾਈਕ, ਮੁਝ ਪੇ ਸਾਈਕਲ ਕੋਈ ਪਾਸ ਨਹੀਂ ਆਤਾ, ਜੈਸੇ ਜੇ ਮੇਰੇ ਰਾਈਫਲ ਥੀ ਮੈਂ ਖੇਲ ਕੂਦੇ ਨਿਕਲ ਜਾਤਾ, ਭਗਾ ਦੇਤੇ ਮੁਝ ਕੋ ਮੈਂ ਪਾਣੀ ਕੀ ਟੈਂਕ ਮੇਂ ਗਿਰ ਜਾਤਾ, ਭਗਾ ਦੇਤੇ ਮੁਝ ਕੋ ਜੇ ਫੇਸਬੁੱਕ ਵਟਸਐਪ ਮੇਰੇ ਕਾਮ ਕੀ ਚੀਜ਼ ਨਹੀਂ ਥੀ, ਗੈਂਗ ਸਿੱਖਣਾ ਜਾਤਾ ਥਾ, ਪਰ ਜੇ ਮੈਂ ਇਤਨੀ ਫੀਸ ਨਹੀਂ ਥੀ, ਦੋ ਵਜੇ ਸਕੂਲ, 3 ਸੇ 7 ਕਾ ਟਿਊਸ਼ਨ, ਲਾਈਫ ਨਹੀਂ ਚੱਲ ਰਹੀ ਥੀ, ਵੋ ਚੱਲ ਰਹਾ ਥਾ, ਲਿਊਜ਼ਨ ਵੱਲ ਕੀ ਲਿਊਜ਼ਨ ਸੇ ਕੋਨਸਟ੍ਰੇਸ਼ਨ ਵਾਲੀ, ਮੈਨੇ ਬਾਤ ਕਰੀ, ਮੈਂ ਲਿਖਤਾ ਰਹਾ, ਮੈਂ ਲਿਖਤਾ ਰਹਾ, ਮੈਨੇ ਇੱਕ ਦਿਨ ਇੱਕ ਰਾਤ ਕਰੀ, ਅਬ ਮੈਂ ਮੇਰਾ ਟੈਲੈਂਟ ਹੈ, ਜੰਗਲ ਮੇਂ ਦੋਸ਼ੇ ਰਹਤੇ ਔਰ ਲੋਕ ਮਿਲਤੇ ਹੈ ਮੁਝੇ ਆਜ, ਯੇ ਕਹਤੇ ਹੈ ਓਏ ਤੂੰ ਰੈਪਰ ਹੈ, ਯੇ 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 ਭਈ ਯੇ ਰੈਪਰ ਹੈ, ਤਾਲੀਆਂ। ਕੀ ਬਾਤ ਹੈ।
ਹੈ ਜੀ ਗਰਲਸ ਨਾਲ ਫੇਰ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਹਰਮਨਪ੍ਰੀਤ ਓਕੇ ਹਰਮਨ ਪੈਟਰੋਲ ਨੂੰ ਹਿੰਦੀ ਵਿੱਚ ਕੀ ਕਹਿੰਦੇ ਆ ਪੈਟਰੋਲ ਪੈਟਰੋਲ ਓਕੇ ਕੀ ਕਹਿੰਦੇ ਆ ਜੀ ਪੈਟਰੋਲ ਨੂੰ ਕੱਚਾ ਤੇਲ ਵੈਰੀ ਨਾਈਸ ਕੀ ਕਹਿੰਦੇ ਆ ਜੀ ਮਿੱਟੀ ਦਾ ਤੇਲ ਓਕੇ ਤੁਸੀਂ ਬੋਲਣਾ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ 5 ਟਾਈਮ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਓਕੇ ਤੁਸੀਂ ਬੋਲਣਾ ਕਮ ਹੇਅਰ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਬੋਲਿਆ ਦੁਬਾਰਾ ਸੁਣਾ ਨਾ ਪਾਣੀ ਵਿੱਚ ਮਦਾਣੀ ਨਹੀਂ ਨਹੀਂ ਬੋਲਿਆ ਕਿ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਹਾਂਜੀ ਪਾਣੀ ਵਿੱਚ ਪਕੌੜੇ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ओके गर्ल्स ना कर दिया गल बात की सुनाना चाहोगे वैसे अपने वालों ऐसी एक पोइम रेडी की थी टीचर्स डे पे एवरी मॉर्निंग एज द सन राइजेस यू वेट पेशेंटली इन द स्कूल गिविंग मी अ वार्म विद अ जेंटल स्माइल एम्ब्रेसिंग मी इन योर आर्म डियर टीचर वी आर ग्रेटफुल डियर टीचर वी ऑल लव यू You light up my life with the kindness, showing me the beauty of the world. Thank you. Thank you so much, ji. हाँ जी, तुसी की सुनाना चाहोगे? कुछ भी. कुछ भी नहीं? कुछ तो सुनाना चाहोगे? की सुनाओगे? कुछ भी सुना सकते हो, गाना सुना सकते हो, चुटकला सुना सकते हो, शेर शायरी सुना सकते हो. आप ऐसे सुना सकते हो? हाँ. जन्म 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 साथ चलना ये रे कसम तुम्हें कसम आके मिलना यही एक जान है भले दो बदन हो जुदा मेरी होके हमेशा ही रहना कभी ना कहना अलविदा मेरी सुबह हो तुम ही और तुम ही शाम हो तुम दर्द हो तुम ही आराम हो मेरी सदाओं से आती है बस ये दुआ मेरी हो के हमेशा ही रहना कभी ना कहना अलविदा थैंक यू सो मच जी ये पब्लिक मस्ती ते किसी होर दे नाल भी कर दिया गल बात 1 2 3 पब्लिक मस्ती पब्लिक मस्ती ਸਾਡੇ ਨਾਲ ਕੁਝ ਬੱਚੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਤੇ ਕਰਦੇ ਆ ਉਹਨਾਂ ਦੇ ਨਾਲ ਟੰਗ ਟਵਿਸਟਰ ਸਤਿ ਸ਼੍ਰੀ ਅਕਾਲ ਇਹ ਤਾਂ ਇੱਦਾਂ ਆਪਣਾ ਮੁਖੜਾ ਲੁਕਾ ਰਿਹਾ ਜਿੱਦਾਂ ਕੋਈ ਇਹਨਾਂ ਨੂੰ ਵੇਖਣ ਆਇਆ ਹੋਵੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਟੰਗ ਟਵਿਸਟਰ ਪੁੱਛਣਾ ਹੈ ਤੁਹਾਡੇ ਕੋਲੋਂ ਤੁਸੀਂ ਬੋਲਣਾ ਹੈ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਅੱਛਾ ਤੁਸੀਂ ਇਹ ਦੱਸਣਾ ਹੈ ਪੈਟਰੋਲ ਨੂੰ ਹਿੰਦੀ ਵਿੱਚ ਕੀ ਕਹਿੰਦੇ ਆ ਤੇਲ ਪੈਟਰੋਲ ਨੂੰ ਹਿੰਦੀ ਵਿੱਚ ਤੇਲ ਤੇਲ ਕਹਿੰਦੇ ਆ ਓਕੇ ਇਹ ਉਹ ਕਿਹੜੀ ਬੀਨ ਹੈ ਜਿਹੜੀ ਨਹੀਂ ਵੱਜਦੀ ਦੂਰਬੀਨ ਹਾਂ ਕੀ ਬਾਤ ਹੈ ਵੀ ਕਲੈਪਿੰਗ ਕਲੈਪਿੰਗ ਸ਼ਾਬਾਸ਼ ਆਓ ਕਿਸੇ ਹੋਰ ਦੇ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਅਰਪਨਾ ਤੁਸੀਂ ਮੈਨੂੰ ਇਹ ਦੱਸੋ ਇੱਕ ਟੰਗ ਟਵਿਸਟ ਕਰਨਾ ਹੈ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਇਹ 5 ਵਾਰ ਬੋਲਣਾ ਹੈ ਮੈਨੂੰ ਸਮਝ ਹੀ ਨਹੀਂ ਆਇਆ ਪਾਣੀ ਵਿੱਚ ਲੀਰ ਰੁੜੇ ਰੁੜ ਲੀਰੇ ਰੁੜ ਨਹੀਂ ਓਕੇ ਸਰਦ ਸਰਦੀ ਗਰਮ ਗਰਮੀ ਗਰਮ ਗਰਮੀ ਸਰਦ ਸਰਦੀ ਕੁਝ ਹੋਰ ਪੁੱਛ ਲਓ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਨਹੀਂ ਸਾਰੇ ਸੇਂਟ ਸੋਨੇ ਟਾਈਮ ਦੇ ਨਾਲ ਤੁਹਾਡਾ ਆਪਣਾ ਸ਼ੋਅ ਪਬਲਿਕ ਮਸਤੀ ਤੁਹਾਡੀ ਆਪਣੀ ਐਂਕਰ ਕੋਮਲ ਸ਼ਰਮਾ ਅਨੁਰਾਗ ਦੇ ਨਾਲ ਥੈਂਕ ਯੂ ਸੋ ਮਚ